ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਜੀ ਕੇ ਫੈਨ ਵਿੱਚ। ਸੋ ਅੱਜ ਆਪਾਂ ਡਿਸਕਸ ਕਰਾਂਗੇ ਕਰੰਟ ਅਫੇਅਰਸ ਜੁਲਾਈ 2019 ਦੇ। ਸੋ ਜੁਲਾਈ ਮੰਥ 2019 ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਆਉਣਗੇ, ਸੋ ਆਪਾਂ ਸਾਰੇ ਇੱਥੇ ਡਿਸਕਸ ਕਰਾਂਗੇ। ਅਗਰ ਤੁਸੀਂ ਸਾਡੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਤਾਂ ਸਾਡੇ ਯੂਟਿਊਬ ਚੈਨਲ ਜੀ ਕੇ ਫੈਨ ਨੂੰ ਸਬਸਕ੍ਰਾਈਬ ਕਰ ਲਓ। ਸੋ ਚਲੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸੋ ਅੱਜ ਦਾ ਪਹਿਲਾ ਕੁਐਸਚਨ ਹੈ ਜੀ, ਆਸਟਰੀਆ ਗ੍ਰੈਂਡ ਪ੍ਰਿਕਸ 2019 ਕਿਸ ਨੇ ਜਿੱਤਿਆ। ਸੋ ਆਸਟਰੀਆ ਗ੍ਰੈਂਡ ਪ੍ਰਿਕਸ ਦੀ ਗੱਲ ਹੋ ਰਹੀ ਹੈ, ਇਹ ਹੋ ਰਹੀ ਹੈ ਜੀ ਫਾਰਮੂਲਾ 1 ਰੇਸਿੰਗ ਦੀ। ਸੋ ਫਾਰਮੂਲਾ 1 ਰੇਸਿੰਗ ਜਿਹੜੀਆਂ ਕਾਰਾਂ ਦੀ ਰੇਸ ਲੱਗਦੀ ਹੁੰਦੀ ਹੈ, ਉਸ ਗ੍ਰੈਂਡ ਪ੍ਰਿਕਸ ਦੀ ਗੱਲ ਹੋ ਰਹੀ ਹੈ, ਆਸਟਰੀਆ ਕੰਟਰੀ ਦੇ ਵਿੱਚ ਹੋਈ ਸੀ। ਸੋ ਇਸ ਨੂੰ ਜਿੱਤਿਆ ਸੀ ਜੀ ਮੈਕਸ ਵਰਸਟੈਪਨ ਨੇ। ਸੋ ਇਹ ਹੈ ਜੀ ਫਾਰਮੂਲਾ 1 ਰੇਸਿੰਗ ਡਰਾਈਵਰ ਮੈਕਸ ਵਰਸਟੈਪਨ, ਸੋ ਇਹਨਾਂ ਨੇ ਜਿੱਤੀ ਹੈ ਜੀ ਆਸਟਰੀਆ ਗ੍ਰੈਂਡ ਪ੍ਰਿਕਸ 2019। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਤੁਸੀਂ ਫੋਟੋ ਦੇਖ ਸਕਦੇ ਹੋ ਜੀ। ਇਹ ਨੇ ਜੀ ਮੈਕਸ ਵਰਸਟੈਪਨ ਕਿੱਥੋਂ ਤੋਂ ਬਿਲੋਂਗ ਕਰਦੇ ਨੇ, ਇਹ ਬਿਲੋਂਗ ਕਰਦੇ ਨੇ ਬੈਲਜੀਅਮ ਤੋਂ, ਬੈਲਜੀਅਮ ਕੰਟਰੀ ਨੂੰ ਬਿਲੋਂਗ ਕਰਦੇ ਨੇ। ਅਤੇ ਕਿਹੜੀ ਡਰਾਈਵ ਕਰਦੇ ਨੇ ਇਹ, ਫਰਾਰੀ ਕਾਰ। ਸੋ ਫਰਾਰੀ ਕੰਪਨੀ ਦੀ ਜਿਹੜੀ ਕਾਰ ਹੈ ਡਰਾਈਵ ਕਰਦੇ ਨੇ। ਸੋ ਫਰਾਰੀ ਕੰਪਨੀ ਦਾ ਜਿਹੜਾ ਹੈੱਡਕੁਆਰਟਰ ਹੈ ਕਿੱਥੇ ਹੈ ਜੀ, ਕਿੱਥੋਂ ਦੀ ਕੰਪਨੀ ਹੈ ਇਹ ਫਰਾਰੀ ਕੰਪਨੀ, ਇਹ ਹੈਗੇ ਜੀ ਇਟਲੀ ਦੀ ਕੰਪਨੀ। ਸੋ ਆਸਟਰੀਆ ਦੀ ਗੱਲ ਹੋ ਰਹੀ ਹੈ, ਆਸਟਰੀਆ ਦੇ ਵਿੱਚ ਹੋਈ ਸੀ ਇਹ ਆਸਟਰੀਆ ਗ੍ਰੈਂਡ ਪ੍ਰਿਕਸ। ਸੋ ਆਸਟਰੀਆ ਦੀ ਤੁਹਾਨੂੰ ਕੈਪੀਟਲ ਪਤਾ ਹੋਣੀ ਚਾਹੀਦੀ ਹੈ, ਆਸਟਰੀਆ ਕੰਟਰੀ ਦੀ ਜਿਹੜੀ ਕੈਪੀਟਲ ਹੈ ਉਹ ਹੈਗੀ ਵੇਨਾ। ਆਸਟਰੀਆ ਜਿਹੜੀ ਕੰਟਰੀ ਹੈ ਉੱਥੇ ਕਰੰਸੀ ਚੱਲਦੀ ਹੈ ਜੀ ਯੂਰੋ। ਸੋ ਦੇਖਦੇ ਹਾਂ ਜੀ ਨੈਕਸਟ ਕੁਐਸਚਨ, ਨਵੀਂ ਲਾਂਚ ਕੀਤੀ ਪ੍ਰਿਥਵੀ 2 ਮਿਜ਼ਾਈਲ ਮਾਰਨ ਦੀ ਸੀਮਾ ਕਿੰਨੇ ਕਿਲੋਮੀਟਰ ਤੱਕ ਹੈ। ਸੋ ਇੱਕ ਨਵੀਂ ਮਿਜ਼ਾਈਲ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਹੈ ਪ੍ਰਿਥਵੀ 2, ਉਸ ਦੀ ਜਿਹੜੀ ਸ਼ਮਤਾ ਹੈ ਉਹ ਹੈਗੀ ਹੈ ਜੀ 350 ਕਿਲੋਮੀਟਰ। ਸੋ 350 ਕਿਲੋਮੀਟਰ ਦੂਰ ਤੱਕ ਉਹ ਨਿਸ਼ਾਨਾ ਮਾਰ ਸਕਦੀ ਹੈ। ਸੋ ਇਹ ਜਿਹੜੀ ਲਾਂਚ ਕੀਤੀ ਗਈ ਸੀ, ਕਿੱਥੋਂ ਲਾਂਚ ਕੀਤੀ ਗਈ ਹੈ, ਪ੍ਰਿਥਵੀ 2 ਮਿਜ਼ਾਈਲ, ਇਹ ਲਾਂਚ ਕੀਤੀ ਗਈ ਹੈ ਚਾਂਦੀਪੁਰ ਉੜੀਸਾ। ਉੜੀਸਾ ਦੇ ਵਿੱਚ ਚਾਂਦੀਪੁਰ ਨਾਮ ਦੀ ਜਗ੍ਹਾ ਹੈ ਜਿੱਥੋਂ ਕਿ ਇਹ ਮਿਜ਼ਾਈਲ ਲਾਂਚ ਕੀਤੀ ਗਈ ਹੈ। ਸੋ ਮੋਸਟਲੀ ਜਿਹੜੀਆਂ ਮਿਜ਼ਾਈਲਜ਼ ਨੇ ਉਹ ਇੱਥੋਂ ਹੀ ਲਾਂਚ ਕੀਤੀਆਂ ਜਾਂਦੀਆਂ ਨੇ, ਚਾਂਦੀਪੁਰ ਉੜੀਸਾ। ਸੋ ਉੜੀਸਾ ਦੀ ਗੱਲ ਹੋਈ ਹੈ ਤਾਂ ਉੜੀਸਾ ਦੀ ਤੁਹਾਨੂੰ ਕੈਪੀਟਲ ਪਤਾ ਹੋਣੀ ਚਾਹੀਦੀ ਹੈ, ਉੜੀਸਾ ਦੀ ਕੈਪੀਟਲ ਹੈਗੀ ਜੀ ਭੁਵਨੇਸ਼ਵਰ। ਉੜੀਸਾ ਦੇ ਜਿਹੜੇ CM ਨੇ, ਚੀਫ ਮਿਨਿਸਟਰ, ਉਹ ਹੈਗੇ ਨਵੀਨ ਪਟਨਾਇਕ, ਐਂਡ ਉੜੀਸਾ ਦੇ ਜਿਹੜੇ ਗਵਰਨਰ ਨੇ ਉਹ ਹੈਗੇ ਪ੍ਰੋਫੈਸਰ ਗਣੇਸ਼ੀ ਲਾਲ। ਸੋ ਦੇਖਦੇ ਹਾਂ ਜੀ ਨੈਕਸਟ ਕੁਐਸਚਨ, ਕੇਂਦਰ ਸਰਕਾਰ ਨੇ ਦੇਸ਼ ਵਿੱਚ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਲਾਗੂ ਕਰਨ ਲਈ ਰਾਜ ਸਰਕਾਰਾਂ ਨੂੰ ਕਦੋਂ ਤੱਕ ਦਾ ਸਮਾਂ ਦਿੱਤਾ ਹੈ। ਸੋ ਸੈਂਟਰ ਗੌਰਮੈਂਟ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ, ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ। ਸੋ ਇਹ ਸਾਰੀ ਲਾਗੂ ਕਰਨ ਵਾਸਤੇ ਜਿਹੜੀਆਂ ਸਟੇਟ ਗੌਰਮੈਂਟਸ ਨੇ ਜਾਂ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਨੂੰ ਟਾਈਮ ਦਿੱਤਾ ਗਿਆ, ਕਦੋਂ ਤੱਕ ਦਾ ਟਾਈਮ ਦਿੱਤਾ ਗਿਆ। ਸੋ ਇਹ ਟਾਈਮ ਦਿੱਤਾ ਗਿਆ ਜੀ 30 ਜੂਨ 2020 ਤੱਕ ਦਾ, ਪੂਰੇ ਇੱਕ ਸਾਲ ਦਾ ਟਾਈਮ ਦਿੱਤਾ ਗਿਆ। ਸੋ 30 ਜੂਨ 2020 ਤੱਕ ਇਹ ਸਕੀਮ ਲਾਗੂ ਹੋਣੀ ਚਾਹੀਦੀ ਹੈ ਹਰ ਸਟੇਟਾਂ ਦੇ ਵਿੱਚ। ਸੋ ਇਸ ਤਰ੍ਹਾਂ ਦਾ ਕੀ ਇਹਨਾਂ ਦਾ ਟਾਰਗੇਟ ਹੈ, ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ। ਨੈਕਸਟ ਕੁਐਸਚਨ ਹੈ ਜੀ, NHB ਬੈਂਕ ਦੇ ਨਵੇਂ ਮੈਨੇਜਿੰਗ ਡਾਇਰੈਕਟਰ ਕੌਣ ਬਣੇ ਹਨ। ਸੋ NHB ਬੈਂਕ ਦੇ ਜਿਹੜੇ ਨਵੇਂ MD ਬਣੇ ਨੇ ਮੈਨੇਜਿੰਗ ਡਾਇਰੈਕਟਰ, ਉਹਨਾਂ ਦਾ ਨਾਮ ਹੈ ਜੀ ਸ਼ਰਦ ਕੁਮਾਰ ਹੋਤਾ। ਸ਼ੋਰਟ ਦੇ ਵਿੱਚ ਵੀ ਲਿਖਿਆ ਹੁੰਦਾ ਹੈ ਨਾਮ SK ਹੋਤਾ, ਇਸ ਤਰ੍ਹਾਂ ਵੀ ਮਿਲ ਸਕਦਾ ਤੁਹਾਨੂੰ ਇਗਜ਼ਾਮ ਦੇ ਵਿੱਚ ਲਿਖਿਆ। ਪੂਰਾ ਨਾਮ ਹੈਗਾ ਜੀ ਉਹਨਾਂ ਦਾ ਸ਼ਰਦ ਕੁਮਾਰ ਹੋਤਾ। ਇਹ ਮੈਂ ਫੋਟੋ ਦਿਖਾ ਦਿੰਦਾ ਜੀ, ਇਹ ਇਹਨਾਂ ਦੀ ਫੋਟੋ SK ਹੋਤਾ ਦੀ, ਇਹ ਬਣੇ ਨੇ ਨਵੇਂ ਮੈਨੇਜਿੰਗ ਡਾਇਰੈਕਟਰ NHB ਬੈਂਕ ਦੇ। ਸੋ NHB ਬੈਂਕ ਦੀ ਤੁਹਾਨੂੰ ਫੁੱਲ ਫੋਰਮ ਪਤਾ ਹੋਣੀ ਚਾਹੀਦੀ ਹੈ, ਨੈਸ਼ਨਲ ਹਾਊਸਿੰਗ ਬੈਂਕ। ਇਸ ਦੇ ਨੀਚੇ ਲਿਖਿਆ ਜੀ ਹੋਲੀ ਓਨਡ ਬਾਏ ਦਾ RBI, ਰਿਜ਼ਰਵ ਬੈਂਕ ਆਫ ਇੰਡੀਆ। ਪਹਿਲਾਂ ਜਿਹੜਾ NHB ਬੈਂਕ ਦਾ ਜਿਹੜਾ ਹਿੱਸਾ ਸੀਗਾ ਉਸ ਦੇ ਵਿੱਚ RBI ਦਾ ਹਿੱਸਾ ਸੀਗਾ, ਰਿਜ਼ਰਵ ਬੈਂਕ ਆਫ ਇੰਡੀਆ ਦਾ। ਹੁਣ ਜਿਹੜਾ RBI ਨੇ ਪੂਰਾ ਆਪਣਾ ਕੰਪਲੀਟ ਸ਼ੇਅਰਸ ਸੈਂਟਰ ਗੌਰਮੈਂਟ ਨੂੰ ਸੇਲ ਕਰ ਦਿੱਤੇ ਆ। ਹੁਣ ਕੀ ਇਹ ਜਿਹੜਾ NHB ਬੈਂਕ ਹੈ, ਨੈਸ਼ਨਲ ਹਾਊਸਿੰਗ ਬੈਂਕ, ਪੂਰੀ ਤਰ੍ਹਾਂ ਦਾ ਕੇਂਦਰ ਸਰਕਾਰ ਦੇ ਅੰਡਰ ਹੈ। ਹੁਣ RBI ਦਾ ਕੋਈ ਵੀ ਹਿੱਸਾ ਨਹੀਂ ਇਸ ਦੇ ਵਿੱਚ NHB ਬੈਂਕ ਦੇ ਅੰਦਰ। ਨੈਕਸਟ ਹੈ ਜੀ ਸ਼ਾਮ ਸੁੰਦਰ ਮਿੱਤਰਾ, ਜਿਸ ਦੀ ਮੌਤ ਹੋ ਗਈ ਹੈ, ਕਿਹੜੀ ਖੇਡ ਨਾਲ ਸੰਬੰਧ ਰੱਖਦੇ ਸੀ। ਸੋ ਉਹ ਸੰਬੰਧ ਰੱਖਦੇ ਸੀ ਜੀ ਕ੍ਰਿਕਟ ਨਾਲ, ਕ੍ਰਿਕਟ ਖੇਡ ਨਾਲ ਸੰਬੰਧ ਰੱਖਦੇ ਸੀਗੇ। ਉਹ ਕੈਪਟਨ ਸੀਗੇ, ਹੀ ਵਾਜ਼ ਅ ਕੈਪਟਨ ਆਫ ਬੰਗਾਲ ਟੀਮ, ਬੰਗਾਲ ਟੀਮ ਦੇ ਕੈਪਟਨ ਸੀਗੇ, ਕ੍ਰਿਕਟ ਨਾਲ ਸੰਬੰਧ ਰੱਖਦੇ ਸੀ। ਨਾਮ ਸੀ ਜੀ ਉਹਨਾਂ ਦਾ ਸ਼ਾਮ ਸੁੰਦਰ ਮਿੱਤਰਾ, ਇਹ ਤੁਸੀਂ ਫੋਟੋ ਦੇਖ ਸਕਦੇ ਹੋ ਜੀ, ਇਹ ਜੀ ਸ਼ਾਮ ਸੁੰਦਰ ਮਿੱਤਰਾ। ਨੈਕਸਟ ਕੁਐਸਚਨ ਹੈ ਜੀ, ਉੱਤਰ ਪ੍ਰਦੇਸ਼ ਨੇ ਕਿੰਨੀਆਂ OBC ਜਾਤੀਆਂ ਨੂੰ SC ਕੈਟਾਗਰੀ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਸੋ OBC ਕੈਟਾਗਰੀ ਸੀਗੀਆਂ ਜਿਹੜੀਆਂ ਜਾਤੀਆਂ ਸੀਗੀਆਂ ਉਹਨਾਂ ਨੂੰ SC ਕੈਟਾਗਰੀ ਦੇ ਵਿੱਚ ਐਡ ਕਰ ਦਿੱਤਾ ਗਿਆ। ਸੋ ਕਿੰਨੀਆਂ ਨੰਬਰ ਆਫ ਜਾਤੀਆਂ ਸੀਗੀਆਂ, ਉਹ ਸੀਗੀਆਂ ਜੀ 17 ਨੰਬਰ ਦੀਆਂ ਜਿਹੜੀਆਂ ਜਾਤੀਆਂ ਸੀਗੀਆਂ OBC ਤੋਂ SC ਦੇ ਅੰਦਰ ਉਹਨਾਂ ਨੂੰ ਐਡ ਕਰ ਦਿੱਤਾ ਹੈ। ਕਿਹੜੀ ਗੌਰਮੈਂਟ ਨੇ ਕਰਿਆ ਜੀ, ਉੱਤਰ ਪ੍ਰਦੇਸ਼ ਨੇ, UP ਨੇ।
सो यूपी की गल हुई है, यूपी की थोनों कैपिटल पता होनी चाहिए। यूपी की कैपिटल हैगी जी लखनऊ। यूपी के जिहड़े चीफ मिनिस्टर ने वो हैगे योगी आदित्यनाथ। नेक्स्ट है जी यूपी के गवर्नर, गवर्नर हैगे जी राम नायक। सो नेक्स्ट क्वेश्चन देखते हैं जी, पिछले साल विच स्वाइन फ्लू के सब तो वध किहड़े राज विच केस पाए गए हैं? जिहड़े सब तो वध केस पाए गए ने वो पाए गए जी राजस्थान दे विच। सो स्वाइन फ्लू बीमारी के कारण बहुत ज़्यादा मृत्यु हुई ने काफ़ी लोगों दियाँ। सब तो वध जिहड़े केस पाए गए ने वो राजस्थान दे विच पाए गए ने। सो पिछले डाटे के अकॉर्डिंग सब तो वध जिहड़े टोटल केस पाए गए सी 26,000 केस रजिस्टर्ड होए ने, कि 26,000 लोगों की जिहड़ी डैथ हुई है स्वाइन फ्लू के अकॉर्डिंग कारण हुई है। तो सब तो वध जिहड़ी हुई है राजस्थान दे विच हुई है। 5,000 तो वध केसेस कित्थे पाए गए? राजस्थान दे विच। सो राजस्थान की कैपिटल थोनू पता होनी चाहिए जी जयपुर, जिसनों असी पिंक सिटी के नाम नाल भी जानते हैं। राजस्थान के सीएम चीफ मिनिस्टर वो है जी अशोक गहलोत। एंड राजस्थान के गवर्नर, गवर्नर है जी कल्याण सिंह। सो थैंक यू सो मच फॉर वॉचिंग दिस वीडियो। वीडियो वधिया लगी प्लीज़ प्रेस अ लाइक बटन। थोड़ा कोई भी सुझाव है, कोई सुजैशन है, कोई स्पैशल वीडियो चाहिए, प्लीज़ राइट इन अ कमेंट बॉक्स। एंड वीडियो में वो वो शेयर कर दो जिन्हें थोड़े कोई व्हाट्सएप या फेसबुक ग्रुप ने। प्लीज़ वीडियो में वो शेयर करो। एंड ऑलसो डू सबसक्राइब टू अवर यूट्यूब चैनल GK फैन। हूँ लोगो आएगा यूट्यूब चैनल का, उस उपर क्लिक करके साढ़े यूट्यूब चैनल में सबसक्राइब कर लो। एंड ऑलसो प्रेस अ बैल आइकन फॉर मोर नोटिफिकेशंस।